माँ। हाँ पुत्र आ गया। हाँ माँ मैं आ गया। ते गलाबो किथे है? पता ही नहीं पुत्र, सवेर दी ना अंदर बड़ी बैठी जाकी ते निकली नहीं बाहर। जे चंद्री मन जांदी ता इह जे सरदारां दे रिश्ता हुंदा सी, चंद्री मौजां करदी नाले आपां। फिर माँ गलती भी तेरी है, दस्या क्यों नहीं तेनु भी तेरे रिश्ते वाले आउणगे? वे पुत्र गल सुन, ओ होर ही माँ प्यो है जिहड़े धीआं पुत्तां दी मर्जी नाल कराउंदे नेगे, पर मैं इह नहीं करन दिंदी इह मर्जी। ਚੱਲ ਠੀਕ ਹੈ ਮਾਂ, ਤੂੰ ਬਾਲਾ ਬੋਲ ਜਾਣਾ ਪਈ ਨਾਲੇ ਉੱਤੇ, ਮੈਂ ਮੜਾ ਬੂਟੇ ਕੇ ਮਾਰਿਆ ਮਗੇੜਾ। ਜੇ ਜਾਇਆ ਪੁੱਤ। ਚੱਲ ਚੰਗਾ ਚੰਗਾ। ਦੇਖਦੀ ਆ ਚੰਦਰੀ ਭੁੱਖੀ ਧਿਆਈ ਬੈਠੀ ਆ, ਝਿੜਕਦੇ ਸੀ ਮੈਂ ਕਿਤੇ ਉਈ ਨਾ। ਨੀ ਗਲਾਬੋ ਨੀ ਗਲਾਬੋ ਨੀ ਕਿੱਥੇ ਆ? ਨੀਮਾ ਸਦਕੇ ਮੇਰੀ ਧੀ ਮੈਨੂੰ ਲੱਗਦਾ ਵਿਆਹ ਲਈ ਮੰਨ ਗਈ। ਕਿੰਨੀ ਸੋਹਣੀ ਲੱਗਦੀ ਆ ਫੁਲਕਾਰੀ, ਮਰਚਾ ਸੂਟ, ਜੁੱਤੀ। ਪੁੱਤ ਤੂੰ ਤਿਆਰ ਹੋ ਗਈ ਸੱਚ ਮੈਂ? ਹਾਂ ਬੇਬੇ ਹੋ ਗਈ ਮੈਂ ਤਿਆਰ। ਤੁਸੀਂ ਵੀ ਤਾਂ ਇਹੀ ਚਾਹੁੰਦੇ ਸੀ ਨਾ ਕਿ ਜਿੱਥੇ ਤੁਸੀਂ ਮੇਰਾ ਰਿਸ਼ਤਾ ਕਰੋ ਮੈਂ ਉੱਥੇ ਹਾਂ ਕਰਦਾ। ਕੁਛ ਹੋਰ ਤਾਂ ਨਹੀਂ ਪਾਉਣਾ ਹੁੰਦਾ ਬੇਬੇ? ਨਾ ਪੁੱਤ, ਜਿਹੜੀ ਖੰਭਣੀ ਆ ਉਹ ਮੈਂ ਆਪ ਬੰਨੂੰਗੀ, ਠੀਕ ਹੈ? ਅਤੇ ਇੰਨੇ ਸੌਖੇ ਘਰ ਜਾਣੇਗੀ ਪੁੱਤ, ਇੰਨੇ ਸਰਦਾਰ ਤੱਕ ਲੈਣਗੇ ਅਤੇ ਮੌਜ ਕਰੇਗੀ। ਜੇ ਧੀ ਤੂੰ ਸੌਖੀ ਹੋਵੇਗੀ ਨਾ ਤਾਂ ਅਸੀਂ ਵੀ ਤੇਰੇ ਨਾਲ ਸੌਖੇ ਹੋਵਾਂਗੇ। ਇਹੋ ਜਿਹਾ ਘਰ ਆਪਾਂ ਨੂੰ ਮਿਲਣਾ ਨਹੀਂ ਸੀ। ਕੋਈ ਨਾ ਬੇਬੇ, ਜਿਵੇਂ ਤੁਸੀਂ ਕਹਿੰਦੇ ਹੋ ਸਾਰਾ ਕੁਛ ਉਵੇਂ ਹੀ ਹੋਊਗਾ। ਕਦੋਂ ਆਉਣਗੇ ਫਿਰ ਮੁੰਡੇ ਵਾਲੇ? ਪੁੱਤ ਅਰਸ ਨੂੰ ਪਤਾ ਹੈਗਾ, ਸ਼ਾਇਦ ਅੱਜ ਹੀ ਆ ਜਾਣ। ਬੁਲਾ ਲਓ ਬੇਬੇ, ਤੁਸੀਂ ਆਪ ਹੀ ਤਾਂ ਕਿਹਾ ਸੀ ਕਿ ਸ਼ੁਭਕ ਕੰਮ 'ਚ ਕਾਹਦੀ ਦੇਰੀ ਹੁੰਦੀ ਆ। ਸੱਚੀ ਮੈਂ ਪੁੱਤ ਤੂੰ ਤਿਆਰ ਹੈ? ਤਿਆਰ ਹਾਂ ਬੇਬੇ। ਅੱਛਾ ਹਾਂ ਬੇਬੇ, ਹਾਂ ਵਿਆਹ ਵਾਸਤੇ ਤਾਂ ਮੈਂ ਤਿਆਰ ਹਾਂ। ਅੱਛਾ, ਪਰ ਮੇਰੀ ਇੱਕ ਰੀਝ ਪੁਗਾ ਦਿਓ ਬੇਬੇ, ਮੈਂ ਅੱਗੇ ਪੜ੍ਹਨਾ ਚਾਹੁੰਦੀ ਹਾਂ। ਪੁੱਤ ਧੀਆਂ ਵਾਸਤੇ ਤਾਂ ਨਾ ਜਿਹੜੇ ਦੋ ਅੱਖਰ ਪੜ੍ਹੇ ਹੁੰਦੇ ਆ ਉਹੀ ਕਾਫੀ ਹੁੰਦੇ ਨੇ। ਕਰਨਾ ਤਾਂ ਚੁੱਲ੍ਹੇ ਚੌਂਕੇ ਦੇ ਕੰਮ ਹੁੰਦਾ ਨਾ। ਕਿਹਨੇ ਕਿਹਾ ਮੈਂ ਚੁੱਲ੍ਹੇ ਚੌਂਕੇ ਦਾ ਕੰਮ ਕਰਨਾ ਬੇਬੇ? ਮੈਂ ਵਿਆਹ ਕਰਾਉਣ ਵਾਸਤੇ ਹਾਂ ਕਰੀ ਆ, ਆਪਣੇ ਸੁਪਨੇ ਤੋੜਨ ਵਾਸਤੇ ਨਹੀਂ ਹਾਂ ਕਰੀ। ਸੁਪਨੇ ਤਾਂ ਮੈਂ ਆਪਣੇ ਹਰ ਹੀਲੇ ਪੂਰੇ ਕਰਨੇ ਆ। ਨਹੀਂ ਪੁੱਤ, ਜਦੋਂ ਸਹੁਰਿਆਂ ਘਰ ਵਗ ਜਾਂਦੀ ਆ ਨਾ ਕੁੜੀ, ਉਹ ਸਹੁਰਿਆਂ ਨਾਲ ਹੀ ਖੁਸ਼ ਰਹਿੰਦੀ ਆ, ਕਿ ਆਪਦੇ ਸੱਸ ਸਹੁਰੇ ਨਾਲ ਠੀਕ ਹੈ, ਉਹੀ ਮਾਂ ਪਿਓ ਹੁੰਦਾ ਗਾ, ਉੱਥੇ ਜ਼ਿੰਦਗੀ ਨਿਭਾਉਣੀ ਹੁੰਦੀ ਆ। ਸਾਡਾ ਕੁੜੀਆਂ ਦਾ ਕੋਈ ਘਰ ਨਹੀਂ ਹੁੰਦਾ ਬੇਬੇ, ਸਾਡੀ ਤਾਂ ਪਹਿਚਾਣ ਵੀ ਸਾਡੇ ਘਰ ਵਾਲੇ ਤੋਂ ਹੁੰਦੀ ਆ। ਸਾਡੀ ਕੁੜੀਆਂ ਦੀ ਕਿਹੜੀ ਜ਼ਿੰਦਗੀ ਹੁੰਦੀ ਆ? ਹਾਂ ਪੁੱਤ, ਇਹ ਤੇਰੀ ਗੱਲ ਮੈਂ ਮੰਨਦੀ ਹਾਂ, ਹੁੰਦੀ ਤਾਂ ਘਰ ਵਾਲੇ ਤੋਂ ਹੀ ਆ ਪਛਾਣ, ਪਰ ਛੱਡਣਾ ਪੈਂਦਾ, ਮਾਂ ਪਿਓ ਛੱਡਣਾ ਪੈਂਦਾ, ਅੱਗੇ ਬਣਾਉਣਾ ਪੈਂਦਾ ਗਾ। ਚੱਲ ਮੇਰੀ ਧੀ ਨੇ ਇਹ ਗੱਲ ਤਾਂ ਮੰਨ ਲਈ ਨਾ ਵੀ ਮੈਂ ਮਾਂ ਦੀ ਮਰਜ਼ੀ ਨਾਲ ਹੀ ਕਰਾਊਂਗੀ। ਹਾਂ ਬੇਬੇ, ਸਾਰਾ ਕੁਛ ਤੇਰੀ ਮਰਜ਼ੀ ਨਾਲ ਹੀ ਹੋਊਗਾ, ਬਸ ਤੇਰੀ ਖੁਸ਼ੀ ਹੋਣੀ ਚਾਹੀਦੀ ਹੈ। ਮੇਰਾ ਕੀ ਹੈ ਬੇਬੇ? ਮੈਂ ਬਹੁਤ ਖੁਸ਼ ਹਾਂ ਪੁੱਤ, ਬਹੁਤ ਜ਼ਿਆਦਾ ਖੁਸ਼ ਹਾਂ। ਚੰਗਾ ਫਿਰ ਮੁੰਡੇ ਵਾਲਿਆਂ ਨੂੰ ਸੁਨੇਹਾ ਲਾ ਦੇ ਬੇਬੇ ਵੀ ਸਾਡੀ ਕੁੜੀ ਮੰਨ ਗਈ। ਇਹਨੀ ਆ ਪੁੱਤ ਅਰਸ਼ ਨੂੰ ਵੀ ਮੇਰੀ ਧੀ ਤਿਆਰ ਖੜੀ ਆ, ਵੀ ਬੁਲਾ ਲਾ ਉਹਨਾਂ ਨੂੰ। ਜਿਉਂਦੀ ਰਹਿਤੀ ਏ, ਸਾਡੀ ਤੂੰ ਇੱਜ਼ਤ ਰੱਖਤੀ, ਨਹੀਂ ਤਾਂ ਸਾਡੀ ਬੇਇੱਜ਼ਤੀ ਹੋ ਜਾਣੀ ਸੀ। ਲੈ ਮੈਂ ਅਰਸ਼ ਨੂੰ ਸੁਨੇਹਾ ਲਾ ਦਾਂ ਵੀ ਤਿਆਰ ਹੋ ਗਈ ਗੁਲਾਬੋ। ਹਾਂ ਮਾਂ, ਫਿਰ ਗੇਟ ਲੱਗਿਆ ਪਿਆ ਸੀ ਉਹਨਾਂ ਦਾ, ਮੈਂ ਹੀ ਮੁੜਿਆ। ਅੱਛਾ, ਗੁਲਾਬੋ ਵਿਆਹ ਵਾਸਤੇ ਤਿਆਰ ਹੋ ਰਹੀ ਆ? ਤਿਆਰ ਹੋ ਰਹੀ ਆ? ਹੋਰ ਉਹਨੂੰ ਤਾਂ ਫੁਲਕਾਰੀ ਫੁਲਕੁਰੀ ਲੈ ਰੱਖੀ ਆ, ਮੈਨੂੰ ਆਦੀ ਮੈਂ ਵਿਆਹ ਵਾਸਤੇ ਤਿਆਰ ਹੈਗੀ। ਮੰਨ ਗਈ ਉਹ? ਮੰਨ ਗਈ ਪੁੱਤੋ ਤਾਂ। ਮਾਂ ਤੈਂ ਪੱਕਾ ਦਾਅ ਪਾਈ ਹੋਣੀ ਉਹਤੇ। ਨਾ ਪੁੱਤ, ਮੈਂ ਤਾਂ ਕੋਈ ਦਾਅ ਨਹੀਂ ਪਾਈ, ਆਪਣੀ ਇੱਜ਼ਤ ਬਚਾਉਣ ਦੀ ਮਾਰੀ ਨੇ ਉਹਨੇ ਤਾਂ ਹਾਂ ਕਰਤੀ ਮੈਨੂੰ ਲੱਗਦਾ ਕੁੜੀ ਨੇ। ਮਾਂ ਮੈਂ ਕਰਦਾ ਇਹਦੇ ਨਾਲ ਗੱਲ ਜਾ ਕੇ, ਮੈਨੂੰ ਲੱਗਦਾ ਤੂੰ ਫੇਰ ਹੇਰਾ ਫਰੀ ਕਰੀ ਉਹਦੇ ਨਾਲੇ। ਨਾ ਪੁੱਤੋ, ਮੈਨੂੰ ਤੇਰੀ ਸੌਂ, ਮੈਂ ਝੂਠ ਥੋੜੀ ਬੋਲਦੀ ਆ, ਜਾ ਕੇ ਉਹਨਾਂ ਨੂੰ ਕਹਿ ਦੋ ਭਾਈ ਆ ਜਾਓ। ਪੱਕਾ? ਪੱਕਾ ਜਮਾ। ਚੱਲ ਠੀਕ ਹੈ ਫਿਰ, ਮੈਂ ਕਹਿ ਕੇ ਆਉਂਦਾ ਉਹਨਾਂ ਨੂੰ। ਹਾਂ ਕਿਹਾ ਪੁੱਤ। ਠੀਕ ਆ। ਹਾਂ ਮੈਂ ਜਾਂਦੀ ਹਾਂ। ਦੋ ਮੰਜੇ ਬਹੁਤ ਆ ਗਏ, ਬੈਂਚ ਵੀ ਡਾਹਤਾ ਚਾਹ ਵਾਸਤੇ, ਚਾਹ ਵੀ ਮੈਂ ਬਣਾਈ ਪਈ ਆ ਮੇਰੀ, ਆ ਗਏ ਚੱਲ।
शुक्रा छेती आ गई। गुलाबो नू बुला लो, अज तक गुलाबो घरे है। हां काका जी घरे है, आप ही मन गई व्याह वास्ते तैयार हो बैठी है। चलो चंगी गल, ए तां थोड़े कर्म चंगे मनो, जेड़ा असि आ गए दुआरे। ਤੁਹਾਨੂੰ ਇਹੋ ਜਿਹਾ ਮੁੰਡਾ ਕਦੇ ਨਹੀਂ ਮਿਲਣਾ, ਬਹੁਤ ਸਿਆਣਾ ਤੇ ਚੰਗੇ ਘਰੋਂ। ਇਹਦਾ ਫੇਰ ਵੀ ਮੈਂ ਤੁਹਾਡਾ ਪੱਖ ਰੱਖਦਾਗਾ ਤਾਂ ਆ ਗਿਆ, ਇਹ ਤਾਂ ਜਿੱਤ ਗੋੜੀ ਖੜੇਗਾ, ਮੈਂ ਜਾਣਾ ਨਹੀਂ ਗਾ। ਚੱਲ ਕੋਈ ਨੀ ਕਾਕਾ ਜੀ, ਧੰਨਵਾਦ, ਮੈਂ ਲਿਆਉਣੀ ਆ ਗਲਾਪ। ਹਾਂ ਲੈ ਕੇ ਆਓ, ਬਹਿ ਜਾ ਅਰਸ, ਕੋਈ ਨਹੀਂ। दाव पा के कोई मर्जी हां करवा ले, हजे भी नक ते मक्खी बैठन नहीं दिंदी। कोई ना, ए नक ते मक्खी की नक ते रगड़िया करूगी, नाले गल रही मन्नन दी, मन्दे किवें नहीं, तैनूं ऐ पता है रुपया मैं इवें नहीं दिंदा छिंदन नूं, बेघर हुंदे सी तां हां कीती हैगी। इन्नी छेती नहीं बेघर हुंदे सी, गरीब जरूर हाँ पर साडा रब हैगा। नाले रही गल हाँ दी, हाँ मैं इस करके कीती आ क्योंकि मेरे बेबे बापू की इज्जत बनी रहे। एक ना एक दिन तो थोड़ी औकात थोड़िया करतूतां सारे सामने आ जाणगियां, गल याद रखियो मेरी। देख किवें बोलदी आ, जात दी कोड कर ली सतीरा नाल जफे, बाकी थोड़ी कित्थे आकाश एडी वी साडे नाल मत्था ला लैंदे। इह तां बाई दे पसंद आ गई, तूं तां तेरे घरे आउणा पै गया, नहीं तां मैं थुकदा भी नहीं सी तेरे घरे। औकात जे एडियां औकातां वाले सी ना तां दे बराबर दी कुड़ी ते लाला डिगणियां सी, मेरे वर्गी गरीबणी ते नहीं। ते दूजी गल, जिथे मैं पढ़दी आ ना उथे थोड़े वर्गे मेरिया जुत्तियां थले रहिंदे आ। बूथा वेख्या कदी मेरे नाल व्याह कराउण वाला, इह तां मजबूरी आ मेरी, चाहे व्याह तों बाद ही सही। थोड़े दोहां दे जे गिण गिण के बदले ना ना लए तां मेरा नाम गुलाबो नहीं, वैसे तां मेरा व्याह होणा नहीं इहदे नाल। औकात तेरी नहीं मेरे नाल व्याह कराउण दी, समझ लगी? और रब देखदा थोड़े टाइम दे विच थोड़ा नचोड़ना निकलिया ना तां कह दिओ। जवाब तो पूरा चाहिए, चाह तो काका जी पी लें। चल मर्जी है, इधर चाह करो बहारा दे, नाले ब्याह की तई छेती लावांगे। चंगा काका जी। बेबे ब्याह इन्नी छेती लैण दा की मतलब होया? वीरे आपां ते इन्नी छोटे परिवार तों आ, इन्ना दाज किवें बणावांगे? इन्हां नूं तां वधिया दाज चाहीदा होऊ। ना असी दाज लईए, सानूं तां तूं चाहीदी आ। दिन दस नहीं पैण दे सी ब्याह दा, दस दिनों दे विच लै के जावां ब्याह। भाई थोड़ा टाइम तां चाहीदा जी, फिर टाइम ही टाइम आ, टाइम नूं तुसीं कहां दे इत्थे ਗੱਡੀਆਂ ਦੇਣੀਆਂ ਨੇ ਸਾਨੂੰ। ਨਹੀਂ ਕਾਕਾ ਜੀ, ਫਿਰ ਵੀ ਆਪਦੇ ਰਿਸ਼ਤੇਦਾਰ ਬਣਾ ਕੇ ਗੱਡੀਆਂ ਲੈਣੀਆਂ ਸੀ ਤਾਂ ਫਿਰ ਨਾਲ ਦੇ ਨਾਲ ਮੱਥਾ ਲਾਓ ਜਾ ਕੇ ਦੇਖ ਲਓ। ਨਾਲੇ ਤਾਂ ਕਹਿੰਦੇ ਤੁਹਾਡਾ ਭਾਈ ਮੈਨੂੰ ਪਸੰਦ ਕਰਦਾ ਤੇ ਨਾਲੇ ਤੁਹਾਨੂੰ ਗੱਡੀਆਂ ਚਾਹੀਦੀਆਂ ਨੇ। ਚਲ ਤਾਈ ਕਰ ਬਿਹਾਰ ਜਾ। ਚਲ ਮੈਂ ਕਰਾਂ। ਗੁਲਾਬੂ ਅੱਜ ਤੇਰਾ ਸ਼ਗਨ ਪੈ ਰਿਹਾ। ਹਾਂ ਪੁੱਤ, ਅੱਜ ਇਹਦਾ ਸ਼ਗਨ ਹੈ।
ਗਲਾਬੋ ਇੱਕ ਵਾਰੀ ਮੈਨੂੰ ਦੱਸਤਾ ਦਿੰਦੀ ਨਾਲੇ ਆ ਮੁੰਡੇ ਦਾ ਸ਼ਕਲ ਪਹਿਲੇ ਤੇਰਾ ਹਾਂ ਪੁੱਤ ਇਸੇ ਮੁੰਡੇ ਨਾਲ ਆ ਕਾਕਾ ਜੀ ਦਾ ਰਿਸ਼ਤੇਦਾਰ ਹੈ ਲਗੇ ਪੇ ਛੇਤੀ ਕਰੋ ਬੰਨੋ ਖੰਮਣੀ ਨਾ ਬੰਨੋ ਬੰਨੋ ਇੱਕ ਮਿੰਟ ਆਂਟੀ ਓਏ ਤੂੰ ਉਹੀ ਨਹੀਂ ਹੈਗਾ ਜਖੇ ਪੁਰਾਣਾ ਲਾਲੀ ਸਰਦਾਰ ਭੂਰੇ ਦਾ ਮੁੰਡਾ ਵੀਰੇ ਤੁਸੀਂ ਜਾਣਦੇ ਹੋ ਇਹਨੂੰ ਹਾਂ ਬਾਈ ਇਹਨੂੰ ਜਾਣਦਾ ਕੌਣ ਨਹੀਂ ਇਹਨੂੰ ਤਾਂ ਅੱਧੇ ਪੰਜਾਬ ਦੀਆਂ ਜੇਲ੍ਹਾਂ ਜਾਣਦੀਆਂ ਨੇ ਜੇਲ੍ਹਾਂ ਜਾਣਦੀਆਂ ਹਾਂ ਬੇ ਪੁੱਤ ਤੂੰ ਇਹ ਕੀ ਕਹਿ ਰਿਹਾ ਤੈਨੂੰ ਗਲਤ ਫਹਿਮੀ ਹੋ ਗਈ ਕੋਈ ਇਹ ਤਾਂ ਸਰਦਾਰ ਇੱਕ ਮਿੰਟ ਬੇਬੇ ਪਹਿਲਾਂ ਦੀ ਪੂਰੀ ਗੱਲ ਤਾਂ ਸੁਣ ਲਓ ਕਹਿਣਾ ਕੀ ਚਾਹੁੰਦਾ ਸ਼ਿੰਦੀ ਇਹ ਤੇਰੇ ਮਾਮੇ ਦਾ ਮੁੰਡਾ ਨਾ ਆਗ ਲਾਬੋ ਮੇਰੇ ਮਾਮੇ ਦਾ ਮੁੰਡਾ ਅੱਛਾ ਵੀਰੇ ਤੁਸੀਂ ਦੱਸੋਗੇ ਮੈਨੂੰ ਕੀ ਸੱਚਾਈ ਦੱਸਣਾ ਚਾਹੁੰਦੇ ਤੁਸੀਂ ਇਹਦੇ ਬਾਰੇ ਤੁਸੀਂ ਜਾਣਦੇ ਹੋ ਇਹ ਕੌਣ ਹੈ ਤੇ ਕਿੱਥੋਂ ਹੈ ਹਾਂ ਭੈਣੇ ਇਹਨੂੰ ਚੰਗੀ ਤਰ੍ਹਾਂ ਜਾਣਦਾ ਇਹ ਸਾਡੇ ਪਿੰਡ ਦੀ ਕੁੜੀ ਨਾਲ ਵਿਆਹਿਆ ਸੀ 2 ਮਹੀਨੇ ਪਹਿਲਾਂ ਇਹਦਾ ਤਲਾਕ ਹੋਇਆ ਸੀਗਾ ਇਹ ਤਾਂ ਸਿਰੇ ਦਾ ਨਸ਼ੇੜੀ ਆ ਲਫੰਗਾ ਚੁੱਪ ਕਰ ਬੇ ਤੈਨੂੰ ਇਹ ਸਿਖਿਆ ਕੇ ਲਿਆਈ ਹੋਣੀ ਵੀ ਮੇਰੀ ਗੁਲਾਬੋ ਦਾ ਰਿਸ਼ਤਾ ਨਾ ਹੋਵੇ ਐਡੇ ਵੱਡੇ ਸਰਦਾਰਾਂ ਨਾਲ ਰਿਸ਼ਤਾ ਹੋਈ ਜਾਂਦਾ ਮੇਰੀ ਕੁੜੀ ਦਾ ਤੇ ਤੁਸੀਂ ਭਾਨੀ ਮਾਰਨਾ ਹੈ ਇੱਥੇ ਬੇਬੇ ਬੱਸ ਕਰ ਤੂੰ ਕਿਸੇ ਦੀ ਗੱਲ ਵੀ ਸੁਣ ਲਿਆ ਕਰ ਹਰੇਕ ਥਾਂ ਤੇ ਆਪ ਚੌਧਰਾਣੀ ਬਣੀ ਰਹਿਣੀ ਆ ਕੀ ਗੱਲ ਸੁਣਾ ਇਹ ਤਾਂ ਤੇਰੇ ਤੇ ਪਹਿਲੀ ਮੱਚਦੀ ਸੀ ਵੀ ਤੁਸੀਂ ਸਰਦਾਰਾਂ ਦੇ ਆਏ ਨਾ ਕਰੋ ਸਰਦਾਰਾਂ ਦਾ ਕੰਮ ਨਾ ਕਰੋ ਸਭ ਕੁਝ ਬੋਲਦੇ ਸੀ ਉਹਨੇ ਕੁਝ ਗਲਤ ਨਹੀਂ ਬੋਲਿਆ ਬੇਬੇ ਉਹ ਆਪਣੀ ਜਗ੍ਹਾ ਤੇ ਬਿਲਕੁਲ ਸਹੀ ਆ ਤੇਰੇ ਸਮਝਣ ਦੇ ਵਿੱਚ ਫਰਕ ਹੈ ਹਲੇ ਵੀ ਟਾਈਮ ਹੈਗਾ ਕੁਝ ਵਿਗੜਿਆ ਨਹੀਂ ਪੁੱਤ ਆਪਾਂ ਰਿਸ਼ਤਾ ਮੁੱਕਰਨਾ ਨਹੀਂ ਚੁੱਪ ਚਾਪ ਖੰਮਣੀ ਬਣਾ ਲੈ ਤੇ ਸਗਨ ਪਵਾ ਲੈ ਅੱਛਾ ਇਹ ਗੱਲ ਜਾਣਨ ਦੇ ਬਾਵਜੂਦ ਵੀ ਉਹ ਪਹਿਲਾਂ ਕਿਤੇ ਹੋਰ ਵਿਆਹਿਆ ਹੋਇਆ ਸੀ ਤੇ ਸਿਰੇ ਦਾ ਨਸ਼ੇੜੀ ਹੈ ਜਾਣ ਕੇ ਸਿਖਿਆ ਕੇ ਲਿਆਈ ਉਹ ਮੱਚਦੀ ਹੈ ਵੀ ਇਹਦਾ ਤਕੜੇ ਘਰ ਰਿਸ਼ਤਾ ਨਾ ਹੋਵੇ ਬੇਬੇ ਇੱਕ ਮਿੰਟ ਖੜ ਜਾ ਹੁਣੇ ਪਾਣੀ ਦਾ ਪਾਣੀ ਤੇ ਦੁੱਧ ਦਾ ਦੁੱਧ ਹੋ ਜਾਊਗਾ ਉਹ ਮੇਰੇ ਤੇ ਮੱਚਦੀ ਹੋਣੀ ਆ ਮੁੰਡਾ ਤਾਂ ਮੈਨੂੰ ਜਾਣਦਾ ਵੀ ਨਹੀਂ ਵਿਚਾਰਾ ਇਹਦੇ ਮਾਮੇ ਦਾ ਮੁੰਡਾ ਚੱਲ ਕੋਈ ਨੀ ਦੇਖ ਲੈ ਸੱਚਾਈ ਕੀ ਆ ਚੱਲ ਤੂੰ ਆਪਣਾ ਆਧਾਰ ਕਾਰਡ ਫੜਾ ਮੈਨੂੰ ਚੁੱਪ ਕਰ ਨਹੀਂ ਵੱਡੀ ਆਈ ਆਧਾਰ ਕਾਰਡ ਵਾਲੀ ਇੱਕ ਮਿੰਟ ਬੇਬੇ ਬੋਲ ਲੈਣ ਦੇ ਇਹਨੂੰ ਦੇਖ ਲੈਣ ਦੇ ਆਧਾਰ ਕਾਰਡ ਵਾਲੇ ਦਾ ਹੁਣ ਜਿਹੜਾ ਕੁਛ ਮੈਂ ਕਰਦੀ ਨੇ ਬੇਬੇ ਚੁੱਪ ਕਰਕੇ ਸੁਣੀ ਜਾ ਬਥੇਰੀ ਮੰਨ ਲਈ ਮੈਂ ਤੇਰੀ ਚੰਗਾ ਪੁੱਤ ਤੈਨੂੰ ਸੁਣਿਆ ਕਿ ਨਹੀਂ ਆਧਾਰ ਕਾਰਡ ਫੜਾ ਦੇ ਆਪਣਾ ਤੂੰ ਤਾਂ ਇਹ ਕਰੇ ਰਹੀ ਜੇ ਮੈਂ ਆਪਣੀ ਜੁੱਤੀ ਕੱਢ ਲਈ ਨਾ ਸਾਰਾ ਕੁਛ ਆਊਗਾ ਉਹ ਕੁਛ ਤਾਂ ਹੋਊਗਾ ਕੁਛ ਤਾਂ ਦਿਖਾ ਦੇ ਚੱਲ ਆਧਾਰ ਕਾਰਡ ਫੜਾ ਨਹੀਂ ਚਲਾਉਂਦਾ ਫੜਾ ਦੇ ਡਰ ਨਹੀਂ ਮਰਿਆ ਆਪਾਂ ਨੂੰ ਕਿਹਨਾਂ ਦਾ ਉਹ ਤਾਂ ਲੱਗ ਜਾਣਾ ਤੁਹਾਡੀ ਔਕਾਤ ਦਾ ਵੱਡੇ ਸਰਦਾਰ ਕਹਾਉਂਦੇ ਹੋ ਕੀ ਨਾਂ ਦੱਸਿਆ ਸੀ ਮੇਰੇ ਤੇ ਮੁੰਡੇ ਦਾ ਭਾਈ ਇਹਦਾ ਨਾਮ ਲਾਲੀ ਹੈ ਲਾਲੀ ਸਿੰਘ ਤੇ ਸਨ ਆਫ ਪੂਰਾ ਸਿੰਘ ਭਾਈ ਪੂਰਾ ਸਿੰਘ ਤੇ ਪਿੰਡ ਜਖੇਪੜ ਭਾਈ ਆ ਦੇਖ ਲੈ ਵੀਰੇ ਤੂੰ ਤਾਂ ਪੜਿਆ ਲਿਖਿਆ ਹੈਗਾ ਮਾੜਾ ਮੋਟਾ ਉਹਨੇ ਝੂਠ ਬੋਲ ਕੇ ਕੀ ਲੈਣਾ ਸਾਰਾ ਕੁਝ ਸੱਚ ਕਹਿ ਰਹੇ ਇਹਦੇ ਬਾਰੇ ਉਹ ਸਿਰੇ ਦਾ ਕੁੱਤਾ ਬੰਦਾ ਜਿਹਦੇ ਨਾਲ ਤੁਸੀਂ ਮੈਨੂੰ ਡੋਬਣ ਨੂੰ ਫਿਰਦੇ ਹੋ ਦੇਖ ਲੈ ਬੇਬੇ ਤੈਨੂੰ ਤਾਂ ਸਿਰਫ ਆਪਣੇ 25 ਕਿੱਲੇ ਦਿਖਦੇ ਸੀ ਇਹੋ ਜਿਹੇ ਕੁੱਤੇ ਬੰਦੇ ਨਾਲ ਡੋਬਣਾ ਚਾਹੁੰਦੀ ਸੀ ਮੈਨੂੰ ਤੂੰ ਮੈਨੂੰ ਕੀ ਪਤਾ ਚੱਕ ਤੇਰੇ ਖੰਮਣੇ ਕਾਕਾ ਜੀ ਕਿਉਂ ਦਾ ਕਿਲਕਿਲ ਸੁਣੀ ਨਾ ਮੈਂ ਜਮਾਨ ਸੰਭਾਲ ਕੇ ਗੱਲ ਕਰੀ ਦਿੰਦੀ ਹੈਗੀ ਅਸੀਂ ਕੋਈ ਨਹੀਂ ਤੁਰੇ ਫਿਰਦੇ ਇਹੋ ਜਿਹੇ ਕੰਮ ਸਾਡੇ ਰੋਜ਼ ਹੁੰਦੇ ਨੇ ਚੱਲਦੇ ਰਹਿੰਦੇ ਨੇ ਮੈਂ ਤੇਰੇ ਤੇ ਨਜ਼ਰ ਜਾਣਦੀ ਆ ਜੇ ਐਡੀ ਔਕਾਤ ਵਾਲੇ ਸੀ ਨਾ ਤਾਂ ਜਾ ਕੇ ਫਿਰ ਕੋਈ ਸਰਕਾਰ ਵਾਲੀ ਕੁੜੀ ਲੱਭੋ ਜਿਹੜੀ ਲੀਡਰ ਵਾਲੀ ਕੁੜੀ ਹੋਵੇ ਛੋਡੇ ਵਰਗੀਆਂ ਕੁੜੀਆਂ ਤਾਂ ਸਾਡੇ ਕੰਮ ਕਰਦੀਆਂ ਫਿਰਦੀਆਂ ਨੇ ਸਾਡੇ ਨਾਲ ਧੋਖਾ ਕਰਦਾ ਸੀਗਾ ਆਪਦੇ ਘਰੇ ਬਿਠਾ ਕੇ ਲੱਗ ਗਿਆ ਮੇਰੇ ਤੇ ਨਾਲ ਇੱਕ ਮਿੰਟ ਤਾਈ ਬਕਵਾਸ ਬਾਣੀ ਨਾ ਮਾਰ ਮੇਰਾ ਭਰਾ ਪੁਲਿਸ ਚ ਹੈ ਨਾਲੇ ਆ ਤੇਰੀ ਦਾਦਾਗਰੀ ਜੀ ਨਾ ਹੁਣੇ ਕੱਢ ਦੂ ਇੱਥੇ ਜੇ ਸਰਦਾਰ ਹੋਵੇਂਗਾ ਆਪਣੇ ਘਰੇ ਹੋਵੇਂਗਾ ਇਹ ਜੇ ਪੁਲਿਸ ਵਾਲੇ ਸਾਡੇ ਰੋਜ਼ ਧਰ ਕੇ ਆਉਂਦੇ ਨੇ ਹਾਂ ਤੈਨੂੰ ਹੁਣ ਦੱਸ ਦਿੰਨੇ ਆ ਵੀ ਤੇ ਪੁਲਿਸ ਵਾਲੇ ਤੇਰੇ ਘਰੇ ਆਉਂਦੇ ਨੇ ਕਿ ਤੈਨੂੰ ਲੈ ਕੇ ਜਾਂਦੇ ਨੇ ਸਾਰੀ 40 ਇਹ ਤੇਰੀ ਆ ਚਲੋ ਲਾਲੀ ਤੂੰ ਮੇਰੀ ਕੰਨ ਖੋਲ ਕੇ ਗੱਲ ਸੁਣ ਲੈ ਇੱਕ ਬਕਵਾਸ ਬੜੀ ਨਾ ਕਰ ਠੀਕ ਹੈ ਨਾ ਪਹਿਲੀ ਗੱਲ ਤਾਂ ਮੈਂ ਹਾਂ ਕਰੀ ਸੀ ਤੁਹਾਡੇ ਦੋਹਾਂ ਦੇ ਬੂਥੇ ਵੇਖ ਕੇ ਨਹੀਂ ਆਪਦੀ ਮਾਂ ਦੀ ਇੱਜ਼ਤ ਬਚਾਉਣ ਵਾਸਤੇ ਕੀਤੀ ਸੀ ਤੇ ਦੂਜੀ ਗੱਲ ਕਿਸੇ ਕੁੜੀ ਦੇ ਕੋਈ ਧੱਕੇ ਨਾਲ ਵਿਆਹ ਕਰੇ ਨਾ ਇਹ ਹੋ ਨਹੀਂ ਸਕਦਾ ਜੇ ਮੈਂ ਚਾਹੁੰਦੀ ਤਾਂ ਮੈਂ ਕੇਸ ਵੀ ਕਰ ਸਕਦੀ ਸੀ ਮੇਰੀਆਂ ਅੱਖਾਂ ਖੁੱਲ ਗਈਆਂ ਅੱਖਾਂ ਤਾਂ ਛੋਟੀਆਂ ਹੁਣ ਖੁੱਲਣਗੀਆਂ ਹਾਂ ਤੇ ਹੁਣ ਚੜਾ ਲਈ ਡੋਲੀ ਫਿਰ ਜੇ ਸੇ ਜੜ ਕੇ ਤੈਨੂੰ ਵੀ ਕੁੱਕੜ ਕੋਈ ਗੱਲ ਨਹੀਂ ਅਸੀਂ ਗਰੀਬ ਜ਼ਰੂਰ ਹੈ ਅਸੀਂ ਕਿਸੇ ਦੀ ਐਡੀ ਧਮਕੀ ਚ ਵੀ ਨਹੀਂ ਆਉਂਦੇ ਫਿਰ ਲੱਗ ਜੂ ਪਤਾ ਹਾਂ ਕਰ ਪੀਆ ਦਿੱਤਾ ਕਦੇ ਕੰਮ ਕਰਦਾ ਮੇਰੇ ਭਰਾ ਨੂੰ ਕੁੜ ਗਏ ਚਲ ਇਹ ਬਾਕੀ ਪੁਲਿਸ ਵਾਲਾ ਮੁੰਡਾ ਗਾ ਹਾਂ ਬੇਬੇ ਜਿੰਦਗੀ ਦਾ ਸਵਾਲ ਹੈ
शुक्र है पुत्र तू आ गई। मैं तेन गलत समझती सी भी कि रिश्ता तड़ाउन नू फिरती है। तू तो पुत बचा ही दिता ज्यौदी रहती है। कोई ना ताई तू भी मेरे मामा वर्गी आ। दो मिनट लगने एक गल होर सुन लो मेरी हुण बेबे ते भाई तू भी सुन लै। व्याह मैं उत्थे करवाऊंगी जिथे मेरा दिल मनूगा। ठीक है पुत्र ठीक है। हुण इधर ना धक्का कर दे। किधर मूँह चक्या एक कर मेरा सुनू पता होना चाहिए। एक मिनट तो पहला खाली कर दो। काका जी एडी छेती किमें खाली कर देंगे। कोई टाइम दे सानू असी खाली भी कर देंगे। बेबे बस कर तू ये हाड़े कड़न की कोई लोड़ नहीं। ठीक है हाड़े कड़े भी किमें ना आ गए ना अपनी कारते। मैं तो तुम्हें पहले कहा सी जदों दा मतलब निकल गया ना ये अपनी कार दिखाऊंगा। गल सुन काका जी 2.5 लाख रुपया लेना सोथों। हाँ फिर किराया जिन्ने टाइम दे असी बैठे हैं उन्ने टाइम का किराया कट लो। असी फ्री नहीं बहिंदे। असी मकान भी खाली कर देंगे कोई गल नहीं। फ्री बैठने वाला सड़दा नहीं गा तुहानू की ऐ पैसा किराया लेना किराया लूंगा सारा। मेरी एक गल ना कन्न खोल के सुन ला हैगा तो मेरे वड्डे भरा वर्गा कदों रब राजे तो चोर बना दे ते चोर तो राजा बना दे कोई पता नहीं लगता। ओ गल्लां गईयां हुण रब्बा रुब्बा नी नाले गल सुन लै ओए 2 साल काम करया तेरे घरे 2.5 लाख रुपया बनदा 2.5 लाख तू मुफ्त नहीं कीता बथेरे रुपये तेरे सानू फिर असीं कहड़ा तुहाडे घरे मुफ्त च रहे आ। जे बाड़ा बोलेगा ना इट्टां ही इट्टां पईयां सिर पाड़ देना तेरा। चुप करके बाहर भाग जा जी आके हिसाब कर लियो ते घर मैनूं ऐसे टाइम खाली चाहिदा। तेरा 2 मिंटां च घर खाली कर देंगे तू भाग जा। गरीबां दा भी रब हुंदा ते नाले जदों आपां मकान ही वेला करना आपां नूं चुभण दी की लोड़ है। मकान होर देख लांगे कोई। आंटी साडा पुराना घर वेला पिया सारा समान है का तुसी उथे रहण लग जाओ कोई टेंशन लेने दी लोड़ नहीं है। बेबे आपा किराया कितों देवांगे। लेख लाबो की तू बगाने वाली गल्ला करदी है। ए भी मेरा भरा है मेरा भरा तेरा भरा लग गया किराया वाली केड़ी गल है नाले। कोई ना पुत्त किराया तो असी देवांगे भमा घट दे दिए आ सरदारा ने साडे नाल देख ले केड़ी कीती है। हाँ ताई ओ थोड़ी मर्जी है किराया देना जां ना देना पर इन्हां दा घर ना छेती वेला कर दो। नाले बेबे पंजे मुलां दे साल थोड़ी हुंदियां ने मौका इन्हों भी देख के लें। चल ठीक है पुत्र जिम्मे कहने ठीक है।
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਜਿਹੜੀ ਵੀਡੀਓ ਤੁਸੀਂ ਹੁਣੇ ਹੁਣੇ ਵੇਖ ਕੇ ਹਟੇ ਹੋ ਗੁਲਾਬੋ ਦਾ ਸੀਜ਼ਨ 2 ਤੇ ਉਮੀਦ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਜਿਵੇਂ ਪਹਿਲਾਂ ਵੀ ਤੁਹਾਨੂੰ ਕਿਹਾ ਸੀਗਾ ਕਿ ਥੋੜ੍ਹਾ ਜਿਹਾ ਸੱਟਾਂ ਲੱਗਣ ਦੇ ਕਾਰਨ ਤੇ ਸਿਹਤ ਨਾ ਠੀਕ ਹੋਣ ਦੇ ਕਾਰਨ ਆਪਾਂ ਥੋੜ੍ਹਾ ਜਿਹਾ ਲੇਟ ਹੋ ਜਾਂਦੇ ਸੀ ਬਟ ਹੁਣ ਆਪਾਂ ਕੋਸ਼ਿਸ਼ ਕਰਾਂਗੇ ਕਿ ਵੀਡੀਓਜ਼ ਪਹਿਲਾਂ ਦੇ ਵਾਂਗੂ ਕੰਟੀਨਿਊਸ ਆਉਣਗੀਆਂ ਕਿਉਂਕਿ ਤੁਹਾਡੇ ਦੁਆਵਾਂ ਤੇ ਰੱਬ ਦੀ ਮਿਹਰ ਦੇ ਨਾਲ ਮੈਂ ਪਹਿਲਾਂ ਨਾਲੋਂ ਬਹੁਤ ਠੀਕ ਹੋ ਗਈ ਹਾਂ ਤੇ ਬਾਕੀ ਇਹ ਜਿਹੜੀ ਸਟੋਰੀ ਹੋਏਗੀ ਨਾ ਇਹ ਹਰੇਕ ਘਰ ਦੀ ਸਟੋਰੀ ਹੋਏਗੀ ਕੁੜੀ ਦੇ ਆਫਟਰ ਮੈਰਿਜ ਦੇ ਵਿੱਚ ਕੀ ਹੁੰਦਾ ਹੈ ਵਿਆਹ ਤੋਂ ਪਹਿਲਾਂ ਕੀ ਹੁੰਦਾ ਹੈ ਸਾਰੀਆਂ ਸਟੋਰੀਆਂ ਹੋਣਗੀਆਂ ਤੇ ਇਹ ਪਹਿਲਾਂ ਵਾਲੀ ਗਲਾਬੋ ਦੇ ਨਾਲ ਥੋੜੀ ਜਿਹੀ ਮੈਰ ਮੇਲ ਖਾ ਸਕਦੀ ਹੈ ਜਿਹਦੇ ਵਿੱਚ ਕੀ ਇਹਦੀ ਲਵ ਸਟੋਰੀ ਚੱਲੇਗੀ ਕੁੜੀ ਦੀ ਇਹਨਾਂ ਦੇ ਦੰਦ ਪਤਾ ਲਿਖਿਆ ਹੋ ਬਿਨਾਂ ਫਾਲਤੂ ਨਿਕਲਦੇ ਰਹਿੰਦੇ ਆ ਜਾਂ ਤਾਂ ਆਪ ਬੋਲ ਪਿਆ ਕਰੋ ਆਪ ਇਹਨਾਂ ਨੇ ਬੋਲਣਾ ਹੀ ਹੁੰਦਾ ਤੇ ਦੂਜੇ ਦੀ ਗੰਟੀ ਨੂੰ ਗੱਲ ਕਰਨੀ ਸੂਸਰੀ ਲਾ ਕੇ ਛੱਡ ਦਿੰਦੇ ਹਾਂ ਤੇ ਬਸ ਬਾਈ ਦਾ ਧੰਨਵਾਦ ਕਰਨਾ ਚਾਹੁੰਦੇ ਆ ਕਿ ਬਾਈ ਜਿਹੜਾ ਫੌਜੀ ਆਪਣੇ ਪਿੰਡ ਦਾ ਮੇਰਾ ਕਲਾਸਮੇਟ ਸੀਗਾ ਤੇ ਇਹ ਭਰਾ ਵਿਚਾਰਾ ਨਾ ਮਤਲਬ ਵਧੀਆ ਐਕਟਿੰਗ ਕਰਦਾ ਹੈ ਕਹਿੰਦਾ ਮੈਨੂੰ ਵੀ ਕਰੈਕਟਰ ਦੇਣਾ ਤੇ ਵਧੀਆ ਨੇ ਕੀਤਾ ਹਾਂ ਪਰ ਹਾਸੀ ਹੁਸੀ ਤਾਂ ਬਥੇਰੀ ਕਿਹੜਾ ਮੈਂ ਸਾਡੀ ਸਾਰਿਆਂ ਦੀ ਤਾਂ ਕਰਕੇ ਤੇ ਬਾਕੀ ਜੇ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਤੇ ਪਿਆਰ ਜਿਹਾ ਕਮੈਂਟ ਕਰ ਦੇਣਾ ਹਰ ਵਾਰ ਦੀ ਤਰ੍ਹਾਂ ਮੈਂ ਮੋਸਟ ਥੈਂਕ ਯੂ ਕਰਨਾ ਚਾਹੁੰਦੀ ਹਾਂ ਜਸਵੰਤ ਰਾਏ ਦਾ ਜਿਹਦਾ ਕਿ ਮੈਂ ਹਰੇਕ ਕਮੈਂਟ ਹਾਈਲਾਈਟ ਕਰਦੀ ਹੁੰਦੀ ਹਾਂ ਤੇ ਮੈਨੂੰ ਬੈਸਟ ਕਮੈਂਟ ਵੀ ਉਹਦਾ ਲੱਗਦਾ ਤੇ ਬਾਈ ਗੁਰਵਾਜ ਸਿੰਘ ਦਾ ਜਿਨ੍ਹਾਂ ਨੇ ਵਧੀਆ ਵਧੀਆ ਕਮੈਂਟਸ ਹੁੰਦੇ ਤਾਂ ਸਾਰਿਆਂ ਦੇ ਵਧੀਆ ਪਰ ਉਹ ਮੈਨੂੰ ਮੋਸਟਲੀ ਵੀ ਪਰਸਨਲੀ ਇੰਸਟਾਗ੍ਰਾਮ ਦੇ ਉੱਪਰ ਮੈਸੇਜ ਕਰਦੇ ਆ ਕਿ ਜੇ ਮੈਂ ਇੱਕ ਦਿਨ ਵੀ ਲੇਟ ਹੋ ਜਾਂਦੀ ਹਾਂ ਜੇ ਮੈਂ ਸਟੋਰੀ ਵੀ ਨਾ ਪਾਵਾਂ ਤੇ ਲਾਈਵ ਵੀ ਨਾ ਹੋਵਾਂ ਤੇ ਉਹਨਾਂ ਦੇ ਕਮੈਂਟਸ ਇੰਨੇ ਆਉਂਦੇ ਆ ਕਿ ਪਤਾ ਨਹੀਂ ਲੱਭਦੇ ਕਿੱਥੇ ਛਾਪਲ ਗਈ ਤੇ ਸੌਂਸ ਹੋਊਗੀ ਉਹ ਦਿਨ ਦਿਹਾੜੇ ਤਾਂ ਉਹਨਾਂ ਦਾ ਮੋਸਟਲੀ ਥੈਂਕ ਯੂ ਤੇ ਬਾਕੀ ਤੁਹਾਡਾ ਸਾਰਿਆਂ ਦਾ ਥੈਂਕ ਯੂ ਜਿਹੜੇ ਪਿਆਰੇ ਪਿਆਰੇ ਕਮੈਂਟਸ ਕਰਦੇ ਤੇ ਆਪਣੇ ਕਮੈਂਟਸ ਨੂੰ ਇਦਾਂ ਹੀ ਬਰਕਰਾਰ ਰੱਖਿਓ ਤੇ ਜਿਹੜੇ ਆਪਣੇ ਚੈਨਲ ਦੇ ਨਵੇਂ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਲਦੀ ਜਲਦੀ ਸਬਸਕ੍ਰਾਈਬਰ ਵਧਾ ਦਿਓ ਥੈਂਕ ਯੂ ਸੋ ਮੱਚ ਬਈ ਅਰਸ਼ੂ ਜੇ ਤੇਰੀ ਸ਼ਕੀਨ ਨਹੀਂ ਪੂਰੀ ਹੋ ਗਈ ਹੋਵੇ ਤਾਂ ਆਪਾਂ ਵੀਡੀਓ ਬਣਾਉਣ ਜਾ ਸਕਦੇ ਹਾਂ ਹੈਂ ਕਰਨਾ ਤਾਂ ਤੂੰ ਗਰੀਬ ਘਰ ਦੇ ਮੁੰਡੇ ਦਾ ਰੋਲ ਹੈ ਤੂੰ ਲਈ ਇਹਨਾਂ ਸ਼ਕੀਨੀ ਆ ਹੈਂ ਆਇਆ ਬਸ 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 ਹੋ ਗਏ ਨਾਲੇ ਬਾਲ ਜੇ ਕਾਲੇ ਨਹੀਂ ਲਾਲੇ ਗਰੀਬ ਮੁੰਡਾ ਦੇ ਮੁੰਡੇ ਦੇ ਬਾਲ ਉਹ ਨਹੀਂ ਹੁੰਦੇ ਹੈ ਉਹ ਦੇਖੋ ਰੰਗ ਬਰ ਗਏ ਨਾਲੇ ਮੁੰਡਾ ਬਾਲ ਮੇਰੇ ਵਾਂਗੂ ਹਾਂ ਮੇਰੇ ਵਾਂਗੂ ਹੁਣ ਹੋ ਗਏ ਤੇ ਇਧਰ ਮੂੰਹ ਕਰ ਦੇਖਾਂ ਹਾਂ ਆਇਆ ਬਹੁਤ ਸੋਹਣਾ ਲੱਗਦਾ ਭੱਜਾ ਚੋ ਜੋ ਸ਼ੀ ਜੀ ਭੱਜਾ 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 ਉਧਰੋਂ ਮਿਸਤਰੀਆਂ ਦਾ ਕੰਮ ਚੱਲ ਰਿਹਾ ਤੂੰ ਉਹ ਵੀ ਰੋਕ ਦੇਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰਿਆਂ ਦਾ ਉਮੀਦ ਕਰਦੇ ਹਾਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੁਸੀਂ ਤਾਂ ਸਾਰੇ ਜਣੇ ਠੀਕ ਠਾਕ ਹੀ ਹੋਵੋਗੇ ਮੈਨੂੰ ਲੱਗਦਾ ਤੇ ਹੋਣੇ ਵੀ ਚਾਹੀਦੇ ਹੋ ਪਰ ਮੇਰੀ ਜਿਹੜੀ 7 ਵਜੇ ਸੀ ਅਜੇ ਚੰਗੀ ਤਰ੍ਹਾਂ ਠੀਕ ਨਹੀਂ ਹੋਈ ਤੇ ਸੋ ਪਰ ਤੁਹਾਡਾ ਪਿਆਰ ਤੇ ਸਤਿਕਾਰ ਹੈ ਜਿਹੜਾ ਹਨਾ ਉਹ ਹਮੇਸ਼ਾ ਹੀ ਮਤਲਬ ਸਾਨੂੰ ਕੰਟੀਨਿਊ ਰੱਖਦਾ ਕਿ ਅਸੀਂ ਆਪਣੀ ਵੀਡੀਓਜ਼ ਨੂੰ ਕੰਟੀਨਿਊ ਰੱਖੀਏ ਤੇ ਅੱਜ ਵੀ ਅਸੀਂ ਸ਼ੂਟ ਤੇ ਜਾ ਰਹੇ ਹਾਂ ਪਿੰਡ ਵਾਜੇ ਵਾਲਾ ਜਿਹੜਾ ਕਿ ਮਾਨਸਾ ਦੇ ਕੋਲੇ ਪੈਂਦਾ ਤੇ ਅਰਸ਼ ਘੁਮਾਨ ਸਾਹਿਬ ਬੈਠੇ ਨੇ ਆਪਣੇ ਭਰਾ ਪ੍ਰੀਤ ਘੁਮਾਨ ਮੈਡਮ ਜੀ ਬੈਠੇ ਨੇ ਤੇ ਫਰੰਟ ਕੈਮਰਾ ਕਰਕੇ ਵੀ ਤੁਹਾਨੂੰ ਦਿਖਾਉਂਗੀ ਮੈਂ ਸੋਰੀ ਆਈ ਐਮ ਰੀਅਲੀ ਸੋਰੀ ਬੈਕ ਕੈਮਰਾ ਕਰਕੇ ਮੈਂ ਤੁਹਾਨੂੰ ਦਿਖਾਉਂਗੀ ਵੱਡੀ ਡਾਇਰੈਕਟਰ ਡਾਇਰੈਕਟਰ ਨਹੀਂ ਹੈਗੀ ਮੈਂ ਓਨਲੀ ਆਰਟਿਸਟ ਹੀ ਹਾਂ ਮੈਂ ਤਾਂ ਤੇ ਬਾਕੀ ਵੀਡੀਓਜ਼ ਨੂੰ ਐਵੇਂ ਪਿਆਰ ਦਿੰਦੇ ਰਹੋ ਤੁਸੀਂ ਸਾਰਿਆਂ ਨੇ ਇੱਕ ਫਰਮਾਇਸ਼ ਕੀਤੀ ਸੀਗੀ ਕਹਿੰਦੇ ਜਿਹੜੀ ਤੁਸੀਂ ਵੀਡੀਓਜ਼ ਬਣਾਉਂਦੇ ਹੋ ਨਾ ਉਹਦੀ ਮੇਕਿੰਗ ਵੀ ਬਣਾਇਆ ਕਰੋ ਇਸ ਕਰਕੇ ਅਸੀਂ ਅੱਜ ਸੋਚ ਲਿਆ ਕਿ ਜਿਹੜਾ ਅਰਸ਼ ਘੁਮਾਨ ਚੱਲਣਾ ਤੇ ਅਸੀਂ ਮੇਕਿੰਗ ਹੀ ਪਾਇਆ ਕਰਾਂਗੇ ਤੁਹਾਨੂੰ ਸਾਰਿਆਂ ਨੂੰ ਦਿਖਾਇਆ ਕਰਾਂਗੇ ਕਿ ਸ਼ੂਟ ਕਿਵੇਂ ਹੁੰਦਾ ਤੇ ਕਿਵੇਂ ਨਾ ਹਾਂਜੀ ਅਸੀਂ ਵੀਡੀਓ ਸਟਾਰਟ ਕਰਨ ਲੱਗੇ ਸੀ ਪਰ ਜਿਹੜੀ ਉਹ ਖੜੀ ਮੈਂ ਅਸਲ ਨਾ ਸਾਨੂੰ ਵੀਡੀਓ ਨਹੀਂ ਬਣਾਉਣ ਦੇ ਰਹੀ ਹੈਗੀ ਮਾਂ ਕਿਤੇ ਮੈਨੂੰ ਕੁਛ ਕਹਿ ਰਹੀ ਹੈ ਜਾਂ ਰਿੰਗੀ ਜਾਂਦੀ ਹੈ ਦੇਖੋ ਹਾਂ ਤੇ ਅਸੀਂ ਸੱਟ ਤੇ ਪਹੁੰਚ ਚੁੱਕੇ ਹਾਂ ਬਾਈ ਕੁੱਕੜ ਕੇ ਘਰੇ ਤੇ ਅਸੀਂ ਵੀਡੀਓ ਦੀ ਤਿਆਰੀ ਵਿੱਚ ਲੱਗੇ ਹੋਏ ਆ ਹਜੇ ਸਾਡੇ ਅੱਧੇ ਆਰਟਿਸਟ ਨਾ ਭੋਗਦੇ ਫਿਰਦੇ ਕੁੱਕੜ ਵਰਗੇ ਲੰਗਰ ਛਕਦੇ ਦੇਖ ਲਓ ਕਿਸੇ ਦੀ ਬੁੜੀ ਮਰੀ ਹੈ ਪਤਾ ਨਹੀਂ ਬੁੜਾ ਮਰਿਆ ਤੇ ਬਾਕੀ ਆਪਾਂ ਬੈਕ ਕੈਮਰੇ ਨਾਲ ਦਿਖਾਉਂਦੇ ਤੁਹਾਨੂੰ ਵੀ ਇਹ ਲੱਛਣ ਕੀ ਕਰੀ ਜਾਂਦੇ ਸਾਰੇ ਆਰਟਿਸਟ ਦੇਖੋ ਜੀ ਆਂਟੀ ਨੇ ਕੁੱਕੜ ਦੇ ਮੰਮੀ ਇਹ ਵਿਚਾਰੇ ਕੰਮ ਕਰੀ ਜਾਂਦੇ ਸਾਰਾ ਦਿਨ ਆ ਦੇਖੋ ਵਿਚਾਰੇ ਬਿਮਾਰ ਮੂਵਰ ਰਹਿੰਦੇ ਆ ਤਾਂ ਇਹ ਪਰ ਕੰਮ ਕਰੇ ਵੀ ਨਾ ਸਰਦਾ ਨਹੀਂ ਤੇ ਆਂਟੀ ਆਪਣੇ ਕੁਲਦੀਪ ਕੌਰ ਨੇ ਆਰਟਿਸਟ ਨੇ ਹੋਰ ਆਂਟੀ ਜੀ ਕਿਵੇਂ ਹੋ ਠੀਕ ਹੀ ਚਾਹੀਦਾ ਠੀਕ ਹੀ ਚਾਹੀਦਾ ਇਹ ਤਾਂ ਰੈਡੀ ਬੈਠੇ ਨੇ ਸਾਰੇ ਚਲੋ ਸਾਡੇ ਸਾਰੇ ਡੀ ਓਫਿਸਰ ਵੀ ਹੋ ਗਏ ਤੇ ਬਾਈ ਕੇ ਡੀ ਵੀ ਹੋ ਗਏ ਰੈਡੀ ਬਈ ਤਿਆਰ ਹੈ ਪਰ ਉਹ ਮੱਝ ਨਹੀਂ ਟਿਕਣ ਦਿੰਦੀ ਹੈ ਨਾ ਲੈ ਗਈ ਬਾਹਰ ਉਹ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ
हां भाई इधर अपना होया नहीं हले मेकअप तू तो बड़ी सोहनी है पहली फेस तेरे ग्लो मारदा है ला मेनू थोड़ी हरदी भुआ भाई मम्मी पहली काला टिक्का लाके भेज दी है भी रोक ला दिन्ने हो ठीक लागे होता है एक गल हैगी है ना मावां आपदियां बच्चियां नूं किन्ना प्यार करदी हुंदियां ने आंटी मेरे इन्नी सट बज रही है नाले मम्मी ने मेरे कन्न पिछे काला टिक्का लाया कहंदी ना तैनूं नजर लगूगी नवां सूट पाया तू अज सही गल है मां अपने हां हर एक मामे आए करदे हर कोई कोई नहीं करदियां सही गल है पर मावां दे दिल बहुत वड्डे हुंदे आ बच्चियां लई सही गल है मावां बहुत प्यार करदियां भाई ये तां है करदियां बच्चे भला किन्ना ही मावां नूं तंग करन ते मावां लई फिर भी डिग्गा पिया कालजा भी बोल पिया सी बाकी मेरियां तां मावां ही बहुत हो गईयां YouTube ते सच्ची मैं सच्ची गल दसां मैनूं सच्ची दिलों सलूट करदी आं मैं जिन्होंने मैनूं ये गल कही सी जदों लाभी ठीक होगी तू असीं हरिमंदर साहिब विखे देख बाबा जी नूं मत्था टेक के आवांगे देख चढ़ा के ते बहुत खुशी होई मैनूं उस गल दी भी बहुत दुआवां ने मेरे नाल जिहड़ियां दुआवां ने मैनूं बचा के रख्या ते मैं ठीक भी हो गई आं पहलां नालों होवेंगी ठीक कोई गल नहीं चलो कैसा लगे दस्यो कमेंट करके फोटो नहीं है वीडियो मेरी गल सुन आधार कार्ड आला प्रूफ मैं मानता ही नहीं आधार कार्ड आला प्रूफ नहीं मैं मानता बाकी दा ब्लॉग आपा थोनू ते ग्लब वाले सेट ते मिलदे आ हां होवे 15 20 करोड़ दा ठीक है यार 2 लाख दी लोकेशन तैयार करा रहे हैं तैनूं पता ना हां 2 लाख रुपए दी लोकेशन तैयार करा रहे हैं आप आशु फिर ब्लडी किथे बनाएगा इना ते डिस्कस ना सारा दिन नहीं खत्म हुंदे कदे कोई डिस्कस कदे कोई डिस्कस हुण की हो रहा मैं ये चीज दस रहा हूं कि 2 लाख दी लोकेशन तैयार करवा रहे 2 लाख रुपए दी 2 दी 2 अच्छा ये प्लस ही हो सकदा वा घट नहीं जी इतने पैसे आम हो गए भरावा मेनू दे दो फिर ते थोड़ा दर रहे नहीं ते दर रहे आ अच्छा इतनी तो मेरी इज्जत बचा देंदे ने लोकेशन सीने वधिया मिल गया चाहिए जेड़ा क्लब कर दो ठीक है।
ਜਿਹੜਾ ਚਾਹਵਾਨ ਹੋਵੇ ਵੀਡੀਓ ਬਣਵਾਉਣ ਦਾ ਹੋਵੇ ਇੱਥੇ ਮਤਲਬ ਥੋੜਾ ਲੱਗਦਾ ਹੋਵੇ ਆਪਣੇ ਮਾਨਸੇ ਏਰੀਏ ਚ 20 ਕਿਲੋਮੀਟਰ ਦੇ ਵਿੱਚ ਬਰੇਟਾ ਬਲੱਡਾ ਹਾਂ ਇਧਰ ਹੋਵੇ ਕੋਈ ਦਿਆਲਪੁਰਾ ਤਹੀਂ ਲਾ ਲੋ ਵੀ ਖਾਲੀ ਹੋਵੇ ਜਮਾ ਖਾਲੀ ਕੋਈ ਰਹਿੰਦਾ ਨਾ ਹੋਵੇ ਬਖਸ਼ੀ ਵਾਲਾ ਪਿੰਡ ਆ ਤੇ ਉਤੋਂ 20 ਕਿਲੋਮੀਟਰ ਆਲੇ ਦੁਆਲੇ ਜਿੱਥੇ ਮਰਜ਼ੀ ਹੋਵੇ ਕੋਈ ਚੱਕਰ ਵੀ ਦੂਜਾ ਬੰਦਾ ਵੀ ਨਾ ਡਿਸਟਰਬ ਹੋਵੇ ਸਾਡੇ ਕਰਕੇ ਤੇ ਅਸੀਂ ਵੀ ਨਾ ਹੋਈ ਹਾਂ गुरुद्वारे मत्था टेकन गया तेरी शर्म नहीं होंदी नहा के नहीं गया तू लंगर दा मारा लंगर क्यों गया सी मेरा मैं क्यों टेका मंदी नहीं तेनू खड़ा ਕਹਿੰਦੇ ਰਿਸ਼ਤਾ ਨਹੀਂ ਹੁੰਦਾ ਹੁਣ ਨੂੰ ਛੜਾ ਮੈਂ ਤਾਂ ਹੁਣ ਵਿੱਚ ਰੋਣ ਬਗਾ ਲਿਆ ਤਾਂ ਇਹਦੇ ਛੜਾ ਕੋਣ ਨਾ ਫਿਰ ਹਾਂ ਕੁੱਕੜ ਇਹ ਕੰਮ ਕਰਾ ਕੇ ਆਇਆ ਉਹਨਾਂ ਦਾ ਕੰਮ ਕਰਾ ਕੇ ਲੰਗਰ ਛਾ ਕੇ ਇਹ ਘਰੇ ਆ ਗਿਆ ਸੀ ਇਹ ਤਾਂ ਕਹਿੰਦਾ ਵਿਚਾਰਾ ਇਹਦਾ ਮੱਥਾ ਟੇਕਣ ਦਾ ਟਾਈਮ ਹੀ ਨਹੀਂ ਲੱਗਿਆ ਆਂਟੀ ਵਿਚਾਰਾ ਬਜ਼ੁਰਗ ਨਾ ਕਹੋ ਇਹਨੂੰ ਹੁਣ ਤੱਕ ਨਾਸਤਕ ਬੰਦਾ ਇਹ ਦੁਨੀਆ ਚਾਲ ਨਾਲ ਬੰਦਾ ਇਹ ਨਾਸਤਕ ਬੰਦਾ ਅੰਦਰ ਅੰਦਰ ਹੀ ਤਾਂ ਮੰਨਦਾ ਉੱਪਰ ਸ਼ੋਅ ਨਹੀਂ ਕਰਦਾ ਹਾਂ ਕੱਲਾ ਨੀ ਪੈ ਸਕਦਾ ਜੀ ਮੰਮੀ ਕਹਿੰਦੀ ਮੈਨੂੰ ਚਿੰਬੜ ਕੇ ਪੈਂਦਾ।